ਹਾਂ ਜੀ ਦੋਸਤੋ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਖੜੇ ਹਾਂ ਦੋਸਤੋ ਪਿੰਡ ਐਮਾ ਕਲਾਂ, ਵੱਡੇ ਐਮੇ ਤੁਸੀਂ ਵਿਜਿਟ ਕਰਨੀ ਹੈ ਦੋਸਤੋ, ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨ ਤਾਰਨ ਸਾਹਿਬ ਲੱਗਦਾ। ਵੀਰ ਘੁੱਲੇ ਦੇ ਕੋਲ ਆਇਆ ਦੋਸਤੋ, ਵੀਰ ਘੁੱਲੇ ਦੇ ਘਰ ਆਏ ਹਾਂ, ਪਸ਼ੂ ਵਪਾਰ ਦਾ ਕੰਮ ਆ ਵੀਰ ਦਾ, ਜਿੱਦਾਂ ਕਿ ਕਾਫੀ ਵੀਰਾਂ ਨੂੰ ਪਤਾ ਜਿਹੜੇ ਵੀ ਆਪਣੇ ਨਾਲ ਜੁੜੇ ਆ, ਠੀਕ ਆ ਜੀ, ਤੇ ਜਿਹੜੇ ਨੇੜੇ ਬੰਨੇ ਵਾਲੇ ਕੋਈ ਵੀਰ ਆ ਇਸ ਇਲਾਕੇ ਦੇ, ਉਹਨਾਂ ਸਾਰਿਆਂ ਨੂੰ ਪਤਾ ਪਸ਼ੂ ਆਉਂਦੇ ਰਹਿੰਦੇ ਆ ਇਸ ਕਿਲੇ ਦੇ ਉੱਪਰ। ਬਾਕੀ ਤੁਸੀਂ ਸਮੇਂ ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਆਏ ਨਵੇਂ ਪਸ਼ੂਆਂ ਦੀ ਉਹ ਡਿਟੇਲ ਆ, ਉਹ ਟਾਈਮ ਟੂ ਟਾਈਮ ਲੈਂਦੇ ਰਿਹਾ ਕਰੋ। ਝਬਾਲ ਏਰੀਆ ਦੋਸਤੋ, ਬੀੜ ਬਾਬਾ ਬੁੱਢਾ ਸਾਹਿਬ ਬਿਲਕੁਲ ਨਜ਼ਦੀਕ, ਤੇ ਝਬਾਲ ਦੇ ਬਿਲਕੁਲ ਨੇੜੇ ਪਿੰਡ ਐਮਾ ਹੈਗਾ, ਠੀਕ ਹੈ ਜੀ। ਤੇ ਬਾਕੀ ਮੰਨਣ ਪਿੰਡ ਵੀ ਥੋੜ੍ਹੀ ਦੂਰੀ 'ਤੇ ਆ, ਬਿਲਕੁਲ ਓਪੋਜਿਟ ਇਹਦੇ ਮੰਨਣ ਪਿੰਡ ਆ, ਠੀਕ ਆ। ਤੇ ਅੱਜ 25 ਅਪ੍ਰੈਲ ਆ ਦੋਸਤੋ ਤਰੀਕ, ਬਾਕੀ ਸਮਾਂ ਤੁਸੀਂ ਨੋਟ ਕਰ ਲਓ ਕੋਈ ਦੁਪਹਿਰ ਦੇ 1:30-2 ਵਜੇ ਦਾ। ਨਗ ਜਿਹੜੇ ਅੱਜ ਇਸ ਕਵਰੇਜ ਵਿੱਚ ਟੋਟਲ ਤੁਹਾਨੂੰ 3 ਨਗ ਦਿਖਾਉਣੇ ਆ, 1 ਵੈੜ ਦਿਖਾ ਦਾਂਗੇ ਬਿਨ ਬੱਚੇ ਤੋਂ। ਆ ਵੈਸੇ ਦੁੱਧ ਚੰਗਾ ਇਹਦੇ ਥੱਲੇ, ਬਿਲਕੁਲ ਨੋਰਮਲ ਅਤੇ ਜੈਨੂਅਨ ਜਾਇਜ਼ ਰੇਟ ਦੇ ਉੱਪਰ ਇਹ ਵੈੜ ਦਿੱਤੀ ਜਾਊਗੀ। ਅਤੇ ਇੱਕ ਇੱਧਰ ਤੁਸੀਂ ਇਹ ਝੋਟੀ ਦੇਖ ਰਹੇ ਜੇ, ਫੁੱਲ ਵੱਡੀ ਹਾਈਟ ਕੱਦ ਦੇ ਵਿੱਚ ਆ, ਬਿਲਕੁਲ ਛੋਟਾ ਰੇਟ, ਵਾਜਬ ਰੇਟ ਆ, ਬਿਲਕੁਲ ਜਾਇਜ਼ ਰੇਟ ਦੇ ਉੱਪਰ ਇਹ ਝੋਟੀ ਮਿਲ ਜੂਗੀ, ਮਗਰ ਕੱਟੀ ਆ, ਇੱਕ ਬਿਨ ਬੱਚੇ ਤੋਂ ਦੋਸਤੋ ਇਹ ਮੱਝ, ਇਹ ਝੋਟੀ ਤੁਸੀਂ ਦੇਖ ਰਹੇ ਜੀ, ਇਹ ਵੀ ਚੰਗੇ ਦੁੱਧ 'ਤੇ ਆ, ਬਿਲਕੁਲ ਸੱਜਰ ਸੂਈ ਆ। ਸੋ ਫੁੱਲ ਰਿਕਾਰਡ ਪੂਰੀ ਡਿਟੇਲ ਉਹ ਘੁੱਲੇ ਤੋਂ ਲੈ ਲਾਂਗੇ ਆਪਾਂ ਕੀ ਇਹਨਾਂ ਦੀ ਜਾਣਕਾਰੀ ਆ। ਸੋ ਸਾਰੇ ਵੀਰ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤਾਂ ਜੋ ਇਕੱਲੇ ਇਕੱਲੇ ਨਗਦੀ ਆ, ਇਕੱਲੇ ਇਕੱਲੇ ਪਸ਼ੂ ਦੀ ਡਿਟੇਲ ਸਾਰੇ ਵੀਰਾਂ ਨੂੰ ਮਿਲ ਸਕੇ। ਆਓ ਕਰਦੇ ਆ ਗੱਲਬਾਤ ਵੀਰ ਘੁੱਲੇ ਦੇ ਨਾਲ। ਸਭ ਤੋਂ ਪਹਿਲਾਂ ਘੁੱਲੇ ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਹੋਰ ਘੁੱਲੇ ਵੀਰ ਠੀਕ ਠਾਕ? ਵਧੀਆ ਜੀ, ਠੀਕ ਠਾਕ, ਤੁਸੀਂ ਸੁਣਾਓ? ਬਹੁਤ ਵਧੀਆ ਘੁੱਲੇ ਵੀਰ, ਵਧੀਆ ਵਧੀਆ ਵੀਰ ਜੀ। ਅੱਛਾ ਘੁੱਲੇ, ਪਸ਼ੂ ਵੀਰ ਇਸੇ ਤਰ੍ਹਾਂ ਆਉਂਦੇ ਰਹਿੰਦੇ ਆਪਣੇ ਕੋਲ? ਹਾਂਜੀ ਹਾਂਜੀ ਵੀਰ ਜੀ। ਤੇ ਅੱਜ ਟੋਟਲ 3 ਕਨਾਗ ਨੇ? ਹਾਂਜੀ ਹਾਂਜੀ ਵੀਰ ਜੀ। 1 ਵੈੜ ਵੀ ਲੈ ਆਂਦੀ ਜੀ? ਹਾਂਜੀ ਹਾਂਜੀ ਹਾਂਜੀ, ਠੀਕ ਆ ਜੀ। ਤੇ ਇਧਰ 2 ਆਪਣੇ ਕੋਲ ਝੋਟੀਆਂ ਤੋਂ ਲੈ? ਹਾਂਜੀ ਹਾਂਜੀ ਹਾਂਜੀ। ਤੇ ਝੋਟੀਆਂ ਦਾ ਵੈਸੇ ਹੈ ਸੱਚ ਰਹੀਆਂ ਤੁਵੇਂ? ਹਾਂਜੀ ਹਾਂਜੀ, ਇੱਕ ਝੋਟੀ ਦਾ ਆਪਣੀ ਦਾ ਬੱਚਾ ਹੈਗਾ ਆ, ਇੱਕ ਦਾ ਆਪਣਾ ਬੱਚਾ ਦਾ ਮਰਨ ਗਿਆ ਸੀ ਸੂਨ ਸਾਰੀ। ਅੱਛਾ ਅੱਛਾ, ਉਹਦੀ ਆਪਾਂ ਪੂਛੀ ਬਣਾਈ ਆ, ਪਹਾੜੇ ਉੱਪਰ ਮਿਲਦੀ ਆ। ਪਹਾੜੇ ਤੇ ਮਿਲਦੀ ਆ? ਹਾਂਜੀ, ਇੱਕ ਪਹਾੜੇ ਤੇ ਮਿਲਦੀ ਆ ਦੋਸਤੋ, ਤੁਹਾਨੂੰ ਦਿਖਾ ਦਾਂਗੇ ਆਪਾਂ ਲਾਸਟ ਦੇ ਵਿੱਚ। ਚੰਗੀ ਝੋਟੀ ਆ, ਪੂਰੀ ਫੱਬ ਫੁੱਬ ਪੂਰੀ ਆ, ਵਜਨ ਪੂਰਾ। ਇੱਕ ਝੋਟੀ ਬੱਚੇ ਦੇ ਸਮੇਤ ਜਿਹੜੀ ਆ ਤੁਸੀਂ ਸਾਹਮਣੇ ਦੇਖ ਰਹੇ ਜੀ। ਤੇ ਕੁੱਲੇ ਸ਼ੁਰੂਆਤ ਫਿਰ ਕਿਹੜੇ ਪਾਸਿਓਂ ਕਰਦੇ ਆ? ਭਾਵੇਂ ਇਹ ਤੋਂ ਕਰ ਲਓ, ਭਾਵੇਂ ਉਹ ਤੋਂ ਕਰ ਲਓ, ਭਾਵੇਂ ਵੈੜ ਤੋਂ ਕਰ ਲਓ। ਹਾਂ ਚਲੋ, ਝੋਟੀ ਇਸੇ ਤੋਂ ਕਰ ਲਈਏ ਜਿਹੜੀ ਬੱਚੇ ਦੇ ਨਾਲ ਆ ਪੂਰੀ। ਇਹ ਵੀ ਕੋਈ ਕੱਟੀ ਦੀ ਆਪਾਂ ਵਿਖਾ ਦੇਣੀ ਭਰਾਵਾਂ ਨੂੰ, ਕੋਈ ਮਹੀਨੇ ਦੀ ਮੰਨ ਲੈ, ਕੋਈ ਡੇਢ ਦੀ ਮੰਨ ਲੈ, ਕੋਈ ਮੰਨ ਲੈ 2 ਦੀ, ਦੂਜਾ ਸੁਬਾ ਸੋਈ ਆ, ਤੇ 8 ਕਿਲੋ ਦੇ ਵਿੱਚ ਭੇਜ ਦੋ ਦੇ ਆ। 8 ਕਿਲੋ? ਹਾਂ ਕੁੱਲੇ, ਚਲੋ ਮੈਨੂੰ ਕੋਈ ਸ਼ੱਕ ਨਹੀਂਗਾ, ਮੈਨੂੰ ਲੱਗਦਾ ਕਦੇ ਦੁੱਧ ਤੱਕ ਦੀ ਲਾਂਭਾ ਜਾਂ ਕੰਪਲੇਨ ਨਹੀਂ ਆਈ। ਨਾ ਨਾ, ਆਪਾਂ ਹਰ ਕੋਈ ਭਰਾ ਮੰਨੇ ਆ, ਜੇ ਗੱਭਣੇ ਦੇ ਨੂੰ ਤਿੱਪ ਕੇ ਖੜੋ ਜਿਹੜੀ ਸੂਈ ਆ, ਭਾਵੇਂ 2 ਟਾਈਮ ਚੋ ਤੇ ਭਾਵੇਂ 4 ਟਾਈਮ ਚੋ। ਆ ਸਹੀ ਆ। ਹਾਂ ਬਾਕੀ ਆਪਣੇ ਘਰੋਂ ਜਿੰਨਾ ਵੀ ਭਰਾਵਾਂ ਨੇ ਮਾਲ ਖੜਿਆ, ਚਲੋ ਕੋਈ ਤੇ ਭੈਣ ਭਰਾ ਆਨਲਾਈਨ ਮੰਗਾ ਲੈਂਦਾ ਟਾਈਮ ਦੇ ਹਿਸਾਬ ਨਾਲ। ਹਾਂਜੀ ਹਾਂਜੀ, ਕਈ ਭਰਾ ਆਪਣੇ ਚੋਗੇ ਵੀ ਖੜਦੇ ਆ। ਬਿਲਕੁਲ ਬਿਲਕੁਲ, ਹਾਂਜੀ ਹਾਂਜੀ। ਬਾਕੀ ਜਿਹੜਾ ਆਪਾਂ ਦੁੱਧ ਦੱਸ ਦੇਣਾ ਆ, ਵਧੀਆ ਦੁੱਧ ਇਥੇ ਚਵਾ ਦੇਣਾ, ਜਿਹੜਾ ਮਰਜ਼ੀ ਭਰਾਣਗੇ ਚੋਵੇ, ਚੋਗੇ ਖੜੇ ਵੀਰ ਦੀ ਪੱਕੀ ਗੱਲ ਹੋ ਜਾਂਦੀ, ਨਾ ਲਾਮਾ ਨਾ ਗਾਲੇ ਦੇ ਵਿੱਚ ਕੋਈ ਨਹੀਂ ਦੀ। ਮਤਲਬ ਇਹ ਆ ਵੀ ਗੱਲ ਮੁੱਕ ਜੀ, ਕਿਉਂਕਿ ਆਪਾਂ ਨੇ ਚੋਗੇ ਲਿਆਉਣੇ, ਆਪਾਂ ਲਾਮਾ ਨਹੀਂ ਕਿਸੇ ਨੂੰ ਦੇਣਾ, ਮਾੜੀ ਪੈ ਜਾ ਚੰਗੀ ਪੈ ਜਾ ਗਾੜੀ ਕਿਸਮਤ ਆ, ਜਦੋਂ ਆਪਦੀ ਨਰਕ ਪਰਖੀ ਕਰਨੀ। ਹਾਂਜੀ ਹਾਂਜੀ, ਬਾਕੀ ਆਪਾਂ ਇਹੋ ਨੇ ਭਰਾਵਾਂ ਨੂੰ ਇੱਥੇ ਠੱਗੀ ਵਾਲਾ ਕੰਮ ਨਹੀਂ ਹੈਗਾ, ਜਿਹੜਾ ਮਰਜ਼ੀ ਵਪਾਰੀ ਤੋਂ ਡੰਗਰ ਕੋਈ ਭਰਾ ਲਵੇ, ਤਸੱਲੀ ਕਰ ਲਿਆ ਕਰੇ ਆਪਣੀ ਚੋਣ। ਲਓ ਦੋਸਤੋ ਝੋਟੀ ਤੁਸੀਂ ਵੇਖ ਕੇ ਚੈੱਕ ਕਰ ਲਓ, ਠੀਕ ਆ ਜੀ। ਦੂਜਾ ਸੁਬਾ ਸੂਈ ਆ, ਕੋਈ 1.5 ਕੋਈ 2 ਮਹੀਨਿਆਂ ਦਾ ਤੁਸੀਂ ਸੁਬਾ ਵੀ ਮੰਨ ਲਿਓ, ਠੀਕ ਆ। ਮਗਰ ਬੱਚਾ ਇੱਕ ਵਾਰੀ ਤੁਹਾਨੂੰ ਦਿਖਾ ਦਈਏ, ਆਹ ਕੱਟੀ ਜੇ, ਇਸ ਕੱਟੀ ਦਾ ਤੁਸੀਂ ਅੰਦਾਜ਼ਾ ਲਾ ਲਿਓ, ਕੋਈ 1.5 ਮਹੀਨੇ ਦਾ ਵੀਰ ਵੀ ਮੰਨ ਸਕਦਾ, ਕੋਈ 2 ਦਾ ਵੀ ਮੰਨ ਸਕਦਾ, ਸਮਝ ਹਰ ਇੱਕ ਭਰਾ ਦੀ ਆਪੋ ਆਪਣੀ ਆ। ਤੇ ਝੋਟੀ ਆਪਾਂ ਤੁਹਾਨੂੰ ਖੋਲ ਕੇ ਤੋੜ ਕੇ ਦਿਖਾ ਦਿੰਦੇ ਆ। 7-8 ਕਿਲੋ ਦੁੱਧ ਜਿਹੜਾ ਇਸ ਝੋਟੀ ਦੇ ਥੱਲੇ ਹੁਣ ਮੌਜੂਦ ਆ, ਠੀਕ ਆ ਜੀ। ਥੋੜਾ ਜਿਹਾ ਉਪਰੇ ਬੰਦੇ ਤੋਂ ਡਰਦੀ ਜ਼ਰੂਰ ਆ, ਉਹ ਤੁਸੀਂ ਆਪ ਇੱਕ ਜੱਜਮੈਂਟ ਕਰ ਲਿਓ, ਠੀਕ ਆ। ਕਿਉਂਕਿ ਘਰ ਪਸ਼ੂ ਕਈ ਵਾਰ ਪਹਿਲੀ ਵਾਰੀ ਕਿਸੇ ਨਵੇਂ
ਲੋ ਵੀ ਦੋਸਤੋ ਠੀਕ ਆ ਤੇ ਝੋਟੀ ਚੰਗੀ ਆ ਦੋਸਤੋ, ਕੱਦ ਵੱਡਾ ਤੇ ਵੈਸੇ ਨਵੇਂ ਬੰਦੇ ਤੋਂ ਥੋੜਾ ਜਿਹਾ ਡਰਦਾ ਹੈ ਪਸ਼ੂ, ਠੀਕ ਆ ਬਾਕੀ ਤੁਸੀਂ ਵੇਖ ਸਕਦੇ ਠੰਡੀ ਤੇਰੀ ਆ ਵੇਖੋ ਤਰਾ ਸੀਲ ਸਾਲਿਆ, ਐਡੀ ਗੱਲ ਨਹੀਂ ਹੈਗੀ ਕੋਈ, ਵੈਸੇ ਸੀਲ ਸਲਾਗਾ ਪੂਰੀ ਆ, ਇਹ ਨਾ ਵੀ ਥੋੜਾ ਡਰਦੀ ਆ ਕੈਮਰੇ ਕੁੰਬਰੇ ਤੋਂ ਤੇ ਦੋਵੇਂ ਟਾਈਮ ਫਿਰ ਮਿਲਦੀ ਬੱਚੇ ਤੇ ਆ, ਹਾਂਜੀ ਹਾਂਜੀ ਬੱਚੇ ਤੇ ਐ ਬਿਲਕੁਲ ਲੱਤਾਂ ਗੱਡ ਕੇ ਮਿਲੂਗੀ, ਲਓ ਜੀ ਕਿਉਂਕਿ ਡੰਗਰ ਤੁਹਾਨੂੰ ਪਤਾ ਕੈਮਰੇ ਤੋਂ ਡਰ ਜਾਂਦਾ ਆ, ਕੱਪੜੇ ਕੁੱਪੜੇ ਪਾਏ ਹੁੰਦੇ ਹਰ ਇੱਕ ਭੈਣ ਭਰਾ ਨੇ, ਬਸ 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 ਹਾਂ ਗਿਰਦੇ ਭਲੇਖੇ ਦਾ ਕਿਤੇ ਡਾਕਟਰ ਆ ਜਾਂ ਕਿਵੇਂ ਆ, ਹਾਂ ਬਾਕੀ ਉਹੋ ਜੀ ਨਹੀਂ ਗੱਲ ਹੈਗੀ ਆ, ਕੋਈ ਚੱਕਰ ਨਹੀਂ ਹੈਗਾ, ਠੀਕ ਆ ਬਈ ਕੁੱਲੇ ਬਾਕੀ ਧਾਰਾਂ ਧੂਰਾਂ ਬਰਾਬਰ ਮੈਂ ਨਾ ਓਕੇ ਆ, ਇੱਕ ਥਾਂ 'ਚ ਨਾ ਧਾਰਾਂ ਜ਼ਰੂਰ ਘੱਟ ਆਪਾਂ ਭਰਾਵਾਂ ਦੱਸਣੀਆਂ ਆ, ਮਗਰਲੇ 'ਚ ਕਹਿੰਦੇ ਬਹਿਣੀ ਵਾਲੇ ਬੰਨੇ 'ਚ ਮਗਰਲੇ ਥਾਂ 'ਚ ਥਾਂ ਕੋਈ ਤਿੰਨ ਹੀ ਗਿਣ ਕੇ ਆਵੇ ਭਰਾ ਮੇਰਾ, ਥਾਂ ਚਾਰੇ ਚੱਲਦੇ ਆ, ਕੋਈ ਨਾੜ ਨਹੀਂ ਕੋਈ ਗੰਢ ਨਹੀਂ, ਪਰ ਥਾਂ 'ਚ ਧਾਰਾਂ ਕਾਫੀ ਘੱਟ ਆ, ਅੱਛਾ ਅੱਛਾ ਕੋਈ 15-20 ਧਾਰਾਂ ਆਉਂਦੀਆਂ, ਅੱਧੇ ਥਾਂ ਦੇ ਲਾਗੇ ਬੰਨੇ ਥਾਣੇ ਆ, ਅੱਧੋ ਅੱਧ ਦੇ ਫਰਕ, ਹਾਂ ਤੇ ਕੋਈ ਵੀ ਭਰਾ ਤਿੰਨਾਂ ਥਾਣਾਂ ਦਾ ਸੌਦਾ ਆਪਣਾ ਕਰੇ, ਠੀਕ ਹੈ ਨਾ, ਬਾਕੀ ਥਾਂ 'ਚ ਦੁੱਧ ਪੂਰਾ ਸਹੀ ਹੁੰਦਾ, ਦੁੱਧ ਸਹੀ ਆ, ਕੋਈ ਪ੍ਰੋਬਲਮ ਨਹੀਂ ਹੈਗੀ, ਕੋਈ ਨਾੜ ਨਹੀਂ ਕੋਈ ਗੰਢ ਨਹੀਂ ਹੈਗੀ, ਦੂਜੇ ਸੂਹੇ ਝੋਟੀ ਆ, ਕੋਈ ਗੱਲ ਨਹੀਂ ਹੈਗੀ ਵੱਡੀ ਝੋਟੀ ਆ, ਲੋ ਵੀ ਪ੍ਰਭੂ ਲੈ ਵੀ ਕੋਈ ਬਾਕੀ ਥਾਣੀ ਕੋ ਜਿਆ ਵੇਖੋ, ਕੋਈ ਭਰਾ ਨੂੰ ਜਾਪਦਾ ਨਹੀਂ, ਕੋਈ ਛੋਟਾ ਵੱਡਾ ਆ, ਬਸ ਮੰਗੇ ਆ ਇੱਕੋ ਜਿਹਾ ਕਰ ਦਿੰਦੀ, ਨੇੜੇ ਤੋਂ ਥਾਣ ਦਿਖਾ ਦਈਏ ਮਗਰਲਾ ਇੱਕ ਬਹਿਣੀ ਵਾਲੀ ਸਾਈਡ ਮਗਰਲੇ ਥਾਣ ਦੇ ਵਿੱਚੋਂ ਧਾਰਾਂ ਘੱਟ ਨੇ, ਅੱਧੋ ਅੱਧ ਦਾ ਫਰਕ ਕੋਈ ਵੀ ਨਹੀਂ ਆ ਆਹ ਥਾਣ ਦੇ ਵਿੱਚ, ਤੇ ਲੈ ਵੀ ਕੋਲੇ ਬਣ ਲਾ ਭਰਾ, ਸੋ ਬਾਕੀ ਝੋਟੀ ਚੰਗੀ ਆ ਦੋਸਤੋ ਵੱਡੇ ਕੱਦ ਕਾਰ ਦੇ ਵਿੱਚ ਥਾਣ ਦੇ ਬਾਅਦ ਤੁਸੀਂ ਦੇਖ ਹੀ ਲਿਆ, ਠੀਕ ਆ ਜੀ ਆਹ ਉਲਟ ਬਹਿਣ ਵਾਲੀ ਸਾਈਡ ਤੋਂ ਵੀ ਤੁਸੀਂ ਵੇਖ ਲਓ, ਠੀਕ ਆ ਆਹ ਦੇਖੋ 7 ਤੋਂ 8 ਕਿਲੋ ਦੁੱਧ ਇਸ ਮੱਝ ਦੇ ਥੱਲੇ ਇਸ ਝੋਟੀ ਦੇ ਥੱਲੇ ਬਿਲਕੁਲ ਹਾਜ਼ਰ ਆ, ਜਿਹੜਾ ਕਿਸੇ ਵੀਰ ਨੇ ਚੋ ਲੈਣਾ ਭਾਂਡੇ ਵਿੱਚ ਪੈਣ ਵਾਲਾ ਦੁੱਧ ਆ, ਠੀਕ ਆ ਮਗਰ ਕੱਟੀ ਕੱਟੀ ਵੀ ਤੁਹਾਨੂੰ ਆਪਾਂ ਦਿਖਾਈ ਦਿੱਤੀ ਆ, ਠੀਕ ਆ ਲੈ ਵੀ ਕੁੱਲੇ ਮਾੜਾ ਕਰਦੇ ਕੱਟੀ ਇਧਰ ਨੂੰ, ਆਹ ਲੈ ਲਓ ਵੀ ਥਾਂ ਤੁਹਾਨੂੰ ਵਿਖਾ ਦਈਏ ਕੱਟੀ ਤੇ ਚਾਹ ਰਹੀ ਆ, ਹਾਂਜੀ ਹਾਂਜੀ ਲੈ ਵੀ ਕੁੱਲੇ ਠੀਕ ਆ ਭਰਾ, ਦੇਖ ਕੁੱਲੇ ਇਹਦੀ ਡਿਮਾਂਡ ਦੱਸ ਵੀਰ ਕੀ ਕਰਦਾ ਵਿੱਚ ਝੋਟੀ ਆ, ਕਦੇ ਹੁੰਦੀ ਸੱਜਰ ਬਿਲਕੁਲ ਨਾੜੂ ਦੇ ਬੱਚਾ ਤੇ ਥਾਂ ਚਾਰੇ ਸਹੀ ਹੁੰਦੇ, ਝੋਟੀ 1 ਲੱਖ ਰੁਪਈਏ ਦੀ ਵਿਕਦੀ ਆਪਾਂ ਪਤਾ ਬਾਜ਼ਾਰ ਚੱਲਣ ਡਿਆ, ਚਲੋ ਕੋਈ ਸ਼ੱਕ ਨਹੀਂ ਉਹਦੇ, ਹਾਂਜੀ ਹੁਣ ਆਪਾਂ ਮਲ ਕੇ ਤੋਖਣ ਵਾਲੇ ਮੋਲੇ ਦਾ ਪਾਉਣਾ, ਆਪਾਂ ਨੂੰ ਜਾਇਜ਼ ਮਿਲੇ ਤੇ ਜਾਇਜ਼ ਹੀ ਆਪਾਂ ਦੇ ਦੇਣੀ ਭਰਾ, ਸਹੀ ਆ ਮੋਲੇ ਦਾਨ ਕਰੀਏ 60 ਭਾਵੇਂ 62, ਸਿਰਫ ਦੇਣ ਲੈਣ ਵਾਲਾ 55,000 ਰੁਪਈਏ ਦੀ ਦੇਣੀ ਲੈਣੀ ਆਪਾਂ, 55,000 ਦੀ ਹਾਂ, ਬਾਕੀ ਕੋਈ ਭਰਾ ਆਊਗਾ ਘਰ ਉਹਦਾ ਛੋੜ ਛੱਪਾ ਕਰਾਂਗੇ ਮਾਨਤਾ ਨਾ, ਲਓ ਜੀ 55,000 ਦੇ ਵਿੱਚ ਦੋਸਤੋ ਇਹ ਤੁਹਾਨੂੰ ਝੋਟੀ ਮਿਲ ਜੂਗੀ 55,000 ਦੇ ਵਿੱਚ, ਠੀਕ ਆ 7 ਤੋਂ 8 ਕਿਲੋ ਦੁੱਧ, ਬਾਕੀ ਤੁਹਾਨੂੰ ਪੂਰੀ ਡਿਟੇਲ ਜਿਹੜੀ ਆ ਮਿਲ ਹੀ ਗਈ ਆ, ਸੋ ਵੀਡੀਓ ਥੋੜੀ ਜਿਹੀ ਅੱਗੇ ਪਿੱਛੇ ਕਰਕੇ ਵੇਖ ਲਿਓ, ਠੀਕ ਆ ਜੀ ਬਾਕੀ ਕੋਈ ਨਹੀਂ ਭਰਾ ਆਪਣਾ ਕੋਈ 3-4 ਵੀਡੀਓ ਕੱਢ ਕੇ ਵੇਖ ਲੇ, ਲੈ ਵੀ ਕੁੱਲੇ ਠੀਕ ਆ ਜੀ ਇਹ ਝੋਟੀ ਤਾਂ ਹੋ ਗਿਆ, ਇੱਧਰ ਕਾਹ ਜਿਹੜੀ ਆਪਣੇ ਕੋਲ ਝੋਟੀ ਇਹਨੂੰ ਬਿਠਾ ਦਈਏ, ਤੁਸੀਂ ਇੱਕ ਦੂਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਆਹ ਝੋਟੀ ਦਿਖਾਉਣੀ ਆ, ਚੰਗੀ ਰਾਜੀ ਆ ਵਜਨ ਵੁਜਨ ਪੂਰਾ ਇਸ ਝੋਟੀ ਦਾ, ਠੀਕ ਆ ਤੇ ਕੱਦ ਵੀ ਇਸ ਝੋਟੀ ਦਾ ਫੁੱਲ ਬੜਾ ਫੁੱਲ ਹੀ ਆ, ਵੱਡੇ ਕੱਦ ਕਾਠ ਦੇ ਵਿੱਚ ਚੌੜੇ ਪਿੱਠ ਪੁੜੇ ਦੇ ਵਿੱਚ, ਲੈ ਵੀ ਕੁੱਲੇ ਇਸ ਝੋਟੀ ਦੀ ਕਰੀਏ ਆਪਾਂ ਮਾੜੀ ਜਾਣਕਾਰੀ ਸਾਂਝੀ, ਕੀ ਇਸ ਝੋਟੀ ਵਿੱਚ ਦੂਜੇ ਸੂਗੇ ਲਾਲੇ ਕੋਈ ਤੇਜੇ ਲਾਲੇ, ਇਹ ਆਪਾਂ ਨਾ ਪਹਿਲਾਂ ਅੱਜ ਤੋਂ ਵੀਡੀਓ ਪਾਈ ਸੀ ਉਦਨ ਗੱਬਣ ਸੀ, ਕੋਈ ਭਰਾ ਆਪਣਾ ਵੀਡੀਓ ਕੱਢ ਕੇ ਭਾਂ ਵੇਖ ਲੇ ਜੇ ਆਖੇ ਦਾ ਆਪਾਂ ਲਿੰਕ ਭੇਜ ਦਾਂਗੇ ਵੇਖ ਲੇ, ਉਦਨ ਗੱਬਣ ਸੀ ਮੁੜ ਕੇ ਪਈ ਸੂ, ਸੂਣ ਸਾਰੇ ਦਾ ਬੱਚਾ ਮਰ ਗਿਆ ਆਪਣੇ ਕੋਲ, ਅੱਛਾ ਅੱਛਾ ਹਾਂਜੀ ਹਾਂਜੀ, ਬਾਕੀ ਹੁਣ ਪਹਾੜੇ ਉੱਪਰ ਮਿਲਦੀ ਆ ਭੂਸ਼ੀ, ਇਹਦੀ ਆਪਾਂ ਵੇਖੋ ਬਣਵਾਈ ਆ ਐਰੇ ਉੱਪਰ ਜ਼ਿਆਦਾਤਰ ਮਿਲਦੀ ਆ ਭੂਸ਼ੀ ਤੇ ਮਿਲਦੀ, ਹਾਂਜੀ ਆ ਵੇਖੋ ਲਓ ਜੀ ਲਓ ਜੀ ਆ ਵੇਖੋ ਠੀਕ ਹੈ ਜੀ ਪੂਰਾ ਚੱਲ ਗਿਆ ਕੋਈ ਚੱਕਰ ਨਹੀਂ ਹੈਗਾ, ਇਸੇ ਤੇ ਮਿਲਦੀ ਆ ਦੋਸਤੋ ਅੱਗੇ ਬਿਲਕੁਲ ਇਸੇ ਤਰ੍ਹਾਂ ਰੱਖ ਕੇ ਬਹਿ ਕੇ ਪਸਮਾ ਲਓਗੇ, ਪਸਮ ਜਾਣੀ ਦੁੱਧ ਲਾ ਆਉਂਦੀ ਆ ਤੇ ਬਾਅਦ ਵਿੱਚ ਚਵਾਈ ਜਿਹੜੀ ਆ 1-1.5 ਮਿੰਟ ਦੇ ਵਿੱਚ ਵਿੱਚ ਪਸਮਦੀ ਆ, ਕੋਈ ਜ਼ਿਆਦਾ ਸਮਾਂ ਨਹੀਂ ਲੱਗਦਾ, ਇਸੇ ਤਰ੍ਹਾਂ ਅੱਗੇ ਰੱਖ ਲੈਣੀ ਆ ਹਾਂਜੀ, ਤੇ ਆਹ ਜਿਹੜਾ ਪ੍ਰੋਸੀਜਰ ਹੈਗਾ ਇਸ ਝੋਟੀ ਦਾ, ਅੱਜ ਸਮਾਂ ਕੁੱਲੇ ਕਿੰਨਾ 10-15 ਹੋ ਗਿਆ, ਅੱਜ ਇਹਨੂੰ ਵੀਰ ਜੀ 15 ਦਿਨ ਹੋ ਗਿਆ, ਲਓ ਜੀ 15 ਕੁ ਦਿਨਾਂ ਦੀ ਸੂਈ ਆ ਤੇ ਦੁੱਧ ਹੁਣ ਕਿੰਨਾ ਕੁ ਆਪਾਂ ਚੋ ਰਹੇ ਆ, ਹੁਣ ਵੀਰ ਜੀ ਜਿਹੜਾ ਵੀਰ ਨੇ ਭਰਾ ਨੇ ਕੰਡੇ ਤੇ ਮਿਲ ਲੈਣਾ ਨਾ ਦੁੱਧ ਲੀਟਰ ਨਾਲ 8 ਕਿਲੋ ਦੁੱਧ ਪੱਕਾ ਹਾਜ਼ਰ ਆ ਇਸ ਟਾਈਮ ਤੇ, 8 ਕਿਲੋ ਹਾਂਜੀ ਹਾਂਜੀ, ਬਾਕੀ ਚੋਣ ਚਣ ਪੋਲੀ ਮੈਂ ਨਾ 1 ਨੰਬਰ ਚਵਾਈ ਆ ਆਪਣੇ ਤਿੰਨਾਂ ਪਸ਼ੂਆਂ ਦੀ, ਲਓ ਵੀ ਭਰਾਵਾ ਚੋਣ ਚਣ 1 ਨੰਬਰ ਆ ਪੋਲੀ ਆ ਤੇ ਜਿਹੜੇ ਪਸ਼ੂ ਦੇ ਵਿੱਚ ਕੋਈ ਧਾਰ ਦਾ ਵਾਧਾ ਘਾਟਾ ਹੈਗਾ ਉਹ ਤੁਹਾਨੂੰ ਦੱਸ ਹੀ ਦਿੱਤਾ ਸੀਗਾ, ਇਹਦਾ ਚੋਣ ਚਣ ਵੈਸੇ ਕੁੱਲੇ ਬਰਾਬਰ ਹੀ ਆ ਬਿਲਕੁਲ, ਹਾਂ ਇੱਕੋ ਜਿਹਾ ਵੀਰ ਜੀ, ਲਓ ਵੀ ਚੋਣ ਚਣ 1 ਨੰਬਰ ਆ ਬਰਾਬਰ ਆ, ਚਾਹ ਥਣਾ ਦੀ ਜਿਹੜੀ ਦੋਸਤੋ ਧਾਰ ਬਰਾਬਰ ਆ, ਸੋ ਜਿਹਦੇ ਵਿੱਚ ਕੋਈ ਕਮੀ ਪੇਸ਼ੀ ਹੁੰਦੀ ਉਹ ਪਸ਼ੂ ਪਹਿਲਾਂ ਦੱਸ ਦੇਈਦੇ ਆ, ਠੀਕ ਆ ਬਾਕੀ ਇਹ ਕੁੱਲੇ ਕਿਸੇ ਤਰ੍ਹਾਂ ਦਾ ਕੋਈ ਸਾਈਡ ਬੈਡ ਦਾ ਕੋਈ ਰੌਲਾ ਕੋਈ ਚੱਕਰ ਨਹੀਂ ਹੈਗਾ ਵੀਰ ਜੀ, ਅੱਛਾ
ਬਾਕੀ ਭਰਾਵੋ ਜਿਹੜੇ ਵੀਰ ਨੇ ਖਰੀਦਣਾ ਹੁੰਦਾ ਪਸ਼ੂ ਆਪਣੀ ਸਾਈ ਬਿਆਨਾ ਕਰਕੇ ਤਸੱਲੀ ਉਹਨੇ ਕਰ ਹੀ ਲੈਣੀ ਆ। ਠੀਕ ਆ ਜੀ, ਦੋ ਟਾਈਮ ਚੋਲੋ, ਤਿੰਨ ਟਾਈਮ ਚੋਲੋ ਤੇ 8 ਕਿਲੋ ਵੈਸੇ ਪੱਕਾ ਦੁੱਧ ਮੰਨ ਕੇ ਘੁਲਾਉਂਦਾ ਵੀ ਕੋਈ ਵੀਰ ਸੌਦਾ ਕਰ ਲੈ। ਠੀਕ ਆ ਜੀ, ਹੋਵੇ ਹੋਵੇ ਤਾਂ ਬਿਲਕੁਲ ਅੱਠੋਂ ਬਾਹਰ ਹੀ ਆ। ਆਹ ਦੇਖੋ ਕੱਦ ਘਾਟ ਵੇਖੋ, ਫੁੱਲ ਵੱਡੀ ਆ, ਚੌੜੇ ਪਿੱਠ ਪੁੜੇ ਦੇ ਵਿੱਚ ਤੇ 15 ਕੁ ਦਿਨਾਂ ਦੀ ਸੂਈ ਆ। ਬਾਕੀ ਤੁਹਾਨੂੰ ਆਲ ਇਨਫੋਰਮੇਸ਼ਨ ਜਿਹੜੀ ਆ ਦੋਸਤੋ ਦੇ ਦਿੱਤੀ ਆ। ਠੀਕ ਆ ਜੀ, ਬੱਚਾ ਮਰ ਗਿਆ ਸੀਗਾ ਤੇ ਉਹਦੀ ਬੂਛੀ ਜਿਹੜੀ ਆ ਬਣਾਈ ਆ, ਉਸੇ ਬੂਛੀ ਦੇ ਉੱਪਰ ਜਿਹੜੀ ਆ ਦੋਨੋਂ ਟਾਈਮ ਮਿਲਦੀ ਆ। ਤੇ ਇਹਦਾ ਕੁੱਲੇ ਮੁੱਲ ਮਾਲ ਕੀ ਕਰਦਾ ਵੀਰ ਜੀ? ਆਪਾਂ ਗੱਲ ਇਦਾਂ ਵੀ ਇਹਦਾ ਉਦੋਂ ਵੀਡੀਓ 'ਚ ਮੁੱਲ ਪਾਇਆ ਸੀ ਪਿਛਲੇ ਵਾਰੀ, ਇਸ ਟਾਈਮ ਤੇ ਆਪਾਂ ਇਹਦਾ ਮੁੱਲ ਨਹੀਂ ਕਰਨਾ ਜੀ, ਅਗਰ ਭਰਾ ਨੂੰ ਚੰਗੀ ਲੱਗੂ ਤਾਂ ਮੁੱਲ ਇਹਦਾ ਆਪਾਂ ਕਰਾਂਗੇ ਫੋਨ ਤੇ। ਅੱਛਾ, ਪਹਿਲੀ ਵੀਡੀਓ 'ਚ ਆਪਾਂ ਇਹਦਾ 95,000 ਰੁਪਇਆ ਮੁੱਲ ਪਾਇਆ ਸੀ, ਤੁਹਾਨੂੰ ਪਤਾ ਉਹ ਆਪਣਾ ਕੋਈ ਵੀ ਭਰਾ ਵੀਡੀਓ ਵੇਚ ਲੇ ਮਾਝੀ ਵੇਖਦੀ ਸੀ ਆਪਣੀ ਉਦੋਂ 93-92 ਲੱਗਦਾ ਸੀ, ਆਪਾਂ ਨਹੀਂ ਵੇਚੇ, ਆਪਾਂ ਖਾ 95 ਦੀ ਵੇਚਣੀ ਤੇ ਛੋੜ ਕਰਨੀ ਆ। ਚਲੋ ਮੁੜ ਕੇ ਮੈਂ ਸੂਬੇ ਤੇ ਪਸ਼ੂ ਜਾਦੇ ਸੀ, ਆਪਾਂ ਲਿਆਂਦੇ ਸੀ ਤੇ ਮੱਝਾਂ ਵਿੱਚ ਢੋਡਾ ਢਕ ਦੇ ਮਾਰਤੀ ਤੇ ਬੱਚਾ ਮਰ ਗਿਆ ਅੰਦਰ ਹੀ, ਉਹ ਮੁੜ ਕੇ ਸੂਈ ਆ, ਚਲੋ ਬੱਚਾ ਮਰਿਆ ਨਿਕਲਿਆ। ਹਾਂ, ਇਸ ਸਮੇਂ ਕਰਕੇ ਹੁਣ ਦੁੱਧ ਦਾ ਥੋੜਾ 8-9 ਕਿਲੋ ਦੇ ਵਿੱਚ ਆ ਤੇ ਜਿੱਦਣ ਮਾਝ 12-13 ਕਿਲੋ ਦੁੱਧ ਕਰ ਗਈ ਆਪਾਂ ਹੋ ਸਕਦਾ ਦੂਜੀ ਵੀਡੀਓ ਜਦੋਂ ਮੁੱਲ ਫਿਰ ਪਾਵਾਂਗੇ। ਠੀਕ ਹੈ ਜੀ, ਹਾਂਜੀ ਹਾਂਜੀ, ਮਤਲਬ ਅੱਜ ਫਿਲਹਾਲ ਚਲੋ ਵਿਖਾ ਦਿੱਤੀ ਆ। ਹਾਂ, ਅੱਜ ਵਿਖਾਤੀ ਆ, ਬਾਕੀ ਭਰਾਵਾਂ ਨੂੰ ਪਤਾ ਹੀ ਆ, ਚਲੋ ਵੀਡੀਓ ਭਰਾ ਆਪਣੇ ਸਾਰੀ ਵੇਂਦੇ ਹੀ ਆ। ਹਾਂ, ਉਹ ਦਿਨ ਆਪਾਂ ਦਾ 95 ਮੁੱਲ ਪਾਇਆ ਸੀ। ਲਓ ਵੀ ਭਰਾਵੋ, ਲਓ ਦੋਸਤੋ ਜਿਹੜੇ ਵੀਰ ਨੂੰ ਬਿਲਕੁਲ ਇੱਥੇ ਆਣ ਕੇ ਸੈੱਟ ਬੈਠੀ ਚੋਣ ਜਾਣ 1 ਨੰਬਰ ਆ, ਪਰ ਫਿਰ ਵੀ ਕੋਈ ਭਰਾ ਦੀ ਤਸੱਲੀ ਕਰ ਲੈ, ਕੋਈ ਧਾਰਾਂ ਦਾ ਕਿਸੇ ਵੀਰ ਨੂੰ ਐ ਨਾ ਲੱਗੇ ਵੀ ਫਰਕ ਹੋਊਗਾ, 2-4-5 ਆਪਦਾ ਪੂਰਾ ਚੋਣ ਚੈੱਕ ਪਾਸ ਕਰ ਲਿਓ, ਪਾਸ ਕਰ ਲਿਓ ਫਿੱਟ ਬੈਂਦੀ ਹੋਈ ਤੇ ਸੌਦਾ ਹੋ ਜਾਊਗਾ। ਅਦਰਵਾਈਜ਼ ਤੁਸੀਂ ਨੰਬਰਾਂ ਤੇ ਕਾਲ ਕਰ ਲਿਓ। ਠੀਕ ਹੈ ਜੀ, ਇਹਦਾ ਰੇਟ ਪੁੱਛਣਾ ਤੇ ਨੰਬਰਾਂ ਤੇ ਕਾਲ ਕਰ ਲਿਓ, ਰੇਟ ਤੁਹਾਨੂੰ ਦੱਸ ਦਿੱਤਾ ਜਾਊਗਾ। ਤੇ ਘੁੱਲੇ ਦਾ ਮਤਲਬ ਇਹ ਆ ਵੀ ਘੁੱਲੇ ਬਾਈ ਤੁਸੀਂ ਆਖਿਆ ਵੀ ਕੋਈ 13-14 ਲੀਟਰ ਦੀ ਸ਼ਹਿਰੀ ਤੇ ਆਈ ਆ। ਹਾਂਜੀ ਹਾਂਜੀ ਆਈ ਆ, ਆਪਾਂ ਐਸੇ ਕਰਕੇ ਤਾਂ ਮੁੱਲ ਨਹੀਂ ਕਰਦੇ ਕਿਉਂਕਿ ਆਪਾਂ ਪਾਇਆ ਸੀ ਮੁੱਲ, ਇਹਦਾ ਮੁੱਲ 92-93 ਹਜ਼ਾਰ ਲੱਗਦਾ, ਆਪਾਂ ਜਿੰਨੀਆਂ ਮੱਝਾਂ ਪਈਆਂ ਸਾਰੀਆਂ ਵੇਚੀਆਂ ਸੀ, ਇਹਦੇ ਵੀ ਭਰਾ ਇੱਥੇ ਮੁੱਲ ਲਾਉਂਦੇ ਸੀ ਪਰ ਆਪਾਂ ਨਹੀਂ ਵੇਚੀ, ਆਪਾਂ ਨੂੰ 95 ਚ ਪੈਂਦੀ ਸੀ ਮੈਂ ਉਸ ਟਾਈਮ ਤੇ। ਬਾਕੀ ਦੱਸੋ ਹੁਣ ਇਸ ਟਾਈਮ ਦੇ ਵਿੱਚ 95 ਚ ਉਹਦੇ ਵਿੱਚ ਉਹ ਘਾਟਾ ਪੈਣਾ, ਇਸ ਸਮੇਂ ਦੇਖੋ ਬੱਚਾ ਮਰਨ ਕਾਰਨ ਆਪਾਂ ਨਫੇ ਲੈਣੇ ਆ ਤੇ ਘਾਟੇ ਵੀ ਨਾਲ ਹੀ ਵੀ ਦੀ। ਬਿਲਕੁਲ ਬਿਲਕੁਲ, ਜੋ ਜਿਹੜੀ ਲੇਸ ਲੱਗਦੀ ਤਾਂ ਲੱਗਣੀ ਲੱਗਣੀ, ਇਹ ਵਪਾਰ ਦੇ ਵਿੱਚ ਦੋਵੇਂ ਕਾਮੀਆਂ ਭਾਜੀ। ਬਿਲਕੁਲ ਹਾਂਜੀ, ਬਾਕੀ ਆਪਾਂ ਭਰਾਉਣਾ ਨੇ ਸਾਈ ਪਾ ਦੋ, ਜੇ ਡੰਗਰ ਆਣ ਕੇ ਚੰਗਾ ਲੱਗਦਾ ਠੀਕ ਆ, ਨਹੀਂ ਤਾਂ ਆਪਣੀ ਸਾਈ ਵਾਪਸ ਲੈ ਲਓ, ਕਈ ਭਰਾ ਦੇ ਸਾਈ ਨਹੀਂ ਵਾਪਸ ਕਰਦੇ, ਆਪਾਂ ਉਹ ਕੰਮ ਨਹੀਂ ਕਰਦੇ, ਆਪਣੀ ਬੇਸ਼ੱਕ ਸਾਈ ਆਉਂਦੇ ਬੁਗਾ ਫਿਰ ਭਾਵੇਂ ਨਾ ਕਿ ਸਾਈ ਵਾਪਸ ਲੈ ਲੈ। ਬਿਲਕੁਲ ਜੀ, ਚੰਗੀ ਲੱਗਦੀ ਲੈ ਲੈ, ਨਹੀਂ ਤੇ ਕੋਈ ਨਹੀਂ ਚਾਹ ਪਾਣੀ ਛਕੇ ਕੋਈ ਵਾਪਸ ਹੋ ਜਾਂਦਾ, ਚਲੋ ਡੰਗਰ ਤੇ ਬਥੇਰੇ ਮਿਲ ਜਾਂਦੇ, ਆਪਾਂ ਤੁਹਾਡੀ ਵਾਲਾ ਕੰਮ ਨਹੀਂ ਕਿਸੇ ਨਾ ਕਰਨਾ, ਦੋਵੇਂ ਕੰਡੀਸ਼ਨਾਂ ਬਿਨਾਂ ਸਾਈ ਤੋਂ ਕਿਸੇ ਵੀਰ ਦਾ ਆਉਣਾ ਵੀ ਵਿਅਰਥ ਆ। ਠੀਕ ਹੈ ਜੀ, ਹਾਂ ਸਾਈ ਬਿਨਾਂ ਕਰਕੇ ਆਉਣਾ ਪੈਂਦਾ, ਜੇਕਰ ਕੋਈ ਫਿੱਟ ਪਸ਼ੂ ਨਹੀਂ ਪੈਂਦਾ ਦਸੇ ਮੁਤਾਬਕ ਤੇ ਸਾਈ ਬਿਆਨਾ ਜਿਹੜਾ ਤੁਹਾਡਾ ਉਹ ਮੁੜ ਜਾਊਗਾ। ਠੀਕ ਆ, ਤੁਸੀਂ ਆਪਣੇ ਘਰੇ ਆ ਦੇ ਪਸ਼ੂ ਇੱਥੇ ਆ, ਬਾਕੀ ਆਪਦੀ ਤਸੱਲੀ ਕਰਨੀ ਤੇ ਸਾਈ ਬਿਆਨਾ ਕਰਕੇ ਪੂਰਾ ਜ਼ਰੂਰ ਤੁਰਿਓ। ਠੀਕ ਹੈ ਜੀ, ਤਾਂ ਜੋ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕੋਈ ਤੰਗੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਕਈ ਨਾ ਪਸ਼ੂ ਸੇਲ ਹੋ ਜਾਂਦੇ ਆ ਬਿਨਾਂ ਸਾਈ ਬਿਆਨਾ ਤੋਂ ਇੱਥੇ ਆਏ ਹੋ। ਠੀਕ ਹੈ ਜੀ, ਉਹ ਵੀ ਗੱਲ ਸਹੀ ਨਹੀਂ ਗਿਆ ਤੇ ਕੁੱਲੇ ਇੱਕ ਆਪਣੇ ਕੋਲ ਜਿਹੜਾ ਲਾਸਟ ਵਿੱਚ ਇਹ ਨਗੀਨਾ ਹੈ, ਇਹ ਵੀ ਜੀ ਗਾਂ ਕੋਈ ਮੰਨ ਲਿਆ ਦੂਜੇ ਸੂਏ, ਕੋਈ ਮੰਨ ਲਿਆ ਤੀਜੇ, ਕੋਈ ਮੰਨ ਲਿਆ ਚੌਥੇ। ਠੀਕ ਹੈ ਜੀ, ਸੂਈ ਨੂੰ ਕੋਈ ਮੰਨ ਲਿਆ ਮਹੀਨਾ, ਕੋਈ 2 ਮਹੀਨੇ, ਕੋਈ 3 ਮਹੀਨੇ, ਬੱਚਾ ਨਹੀਂ ਇਹਦਾ ਹੈਗਾ ਤੇ ਦੁੱਧ ਹੁਣ 10 ਕਿਲੋ ਤੇ ਚੱਲਣ ਦਈ ਆ, ਕੋਈ ਵਾਂਗਾ ਨਹੀਂ ਪਾਉਣਾ, ਕੋਈ ਵੰਡ ਨਹੀਂ ਪਾਉਣਾ, ਏਦਾਂ ਹੀ ਮਤਲਬ ਕਿ ਆਪਾਂ ਵੇਖੋ ਚੋ ਲੈਣੀ ਬਹਿ ਗਏ, ਕੋਈ ਇਹਨੂੰ ਵੰਗੇ ਦੀ ਨਹੀਂ ਲੋੜ, ਕੋਈ ਇਹਨੂੰ ਵੰਡ ਦੀ ਨਹੀਂ ਲੋੜ, ਮੱਝਾਂ ਵਾਲਾ ਕੰਮ ਹੈ ਇਹਦਾ, ਪੱਠਾ ਡੱਕਾ ਵੰਡ ਵੁੰਡ ਤਾਂ ਪਾਉਣਾ ਨਾ, ਬਹੁਤ ਵਧੀਆ ਨਾ, ਪਾਉਣ ਜੀ ਕਰਦਾ ਪਾਓ, ਜੀ ਕਰਦਾ ਨਾ ਪਾਓ, ਏਦਾਂ ਹੀ ਚੋ ਲਈਦੀ ਆ। ਅੱਛਾ, ਪੱਠਾ ਡੱਕਾ ਤਾਂ ਕਹਿ ਦਈਏ ਭੈਣ ਭਰਾਵਾਂ ਨੂੰ, ਪੱਠਾ ਡੱਕਾ ਪਾਓ, ਪੱਠਾ ਡੱਕਾ ਪਾਵੇ ਕੋਈ ਸਮੇਂ ਦੇ ਹਿਸਾਬ ਨਾਲ, ਚੋਣ ਲੱਗਾ ਨਹੀਂ ਆਪਾਂ ਪਾਇਆ ਕਰੀ, ਅੱਛਾ ਅੱਛਾ ਏਦਾਂ ਹੀ ਚੋ ਲਈਦੀ, ਮੈਂ ਕਿਤੇ ਸਾਰਾ ਕੁਝ ਨਾ ਕਹਿ ਦਈਏ ਵੀ ਨਾ ਪੱਠਾ ਪਾਇਓ ਕਦੀ, ਨਾ ਡੱਕਾ ਪਾਇਓ, ਨਾ ਗਾਂਡਾ, ਤੁਹਾਨੂੰ ਪਤਾ ਬਾਅਦ ਦੇ ਵਿੱਚ ਹੀ ਪਾਉਣਾ ਪੈਣਾ, ਪਰ ਚੋਣ ਲੱਗਾ ਵੇਖੋ ਕਈ ਡੰਗਰ ਪਾੜਾ ਪਾਈਦਾ ਆ, ਇਹਨੂੰ ਪਾਉਣ ਦੀ ਲੋੜ ਹੀ ਨਹੀਂ ਹੈਗੀ, ਮੱਝਾਂ ਵਾਲਾ ਹਿਸਾਬ ਆ, ਤੇ ਦੁੱਧ ਵੀ ਚਿੱਟਾ ਜਾਂਦਾ ਪਸਮਾਚ ਵਾ 1 ਨੰਬਰ ਨਿਗਰ। ਠੀਕ ਆ ਜੀ, ਕੋਈ ਗੱਲਬਾਤ ਨਹੀਂ, ਤਾਂ ਕੱਦ ਵੇਖ ਲਓ ਭਰਾਵਾਂ ਨੂੰ ਪਤਾ ਲੱਗ ਜਾਣਾ, ਛੋਟੇ ਹਾਈਟ ਲਓ ਦੋਸਤੋ, ਛੋਟੀ ਹਾਈਟ ਦੀ ਆ, ਮੀਡੀਅਮ ਦਰਮਿਆਨੀ ਜੀ ਹਾਈਟ ਆ, ਦਰਮਿਆਨੀ ਜੀ ਹਾਈਟ ਆ ਤੇ ਦੁੱਧ 11 ਲੀਟਰ ਗਰਮ ਵਾਲੀ ਚਵਾਈ ਜਾਂਦੀ ਆ।
ਤੇ ਸੂਬਿਆਂ ਦੇ ਵਿੱਚ ਗਾਂ ਤੁਸੀਂ ਵੇਖ ਹੀ ਲੈਣੀ ਆ, ਠੀਕ ਆ ਜੀ, ਕੋਈ ਚੱਜੇ ਮਾਰਨ ਵਾਲੇ ਅੱਗੇ, ਹਰ ਇੱਕ ਦੀ ਆਪੋ ਆਪਣੀ ਸਮਝ ਹੁੰਦੀ ਆ, ਠੀਕ ਆ ਜੀ। ਆ ਲਓ ਸੂਈ ਨੂੰ ਵੀ ਤੁਸੀਂ ਆਪਣਾ ਜਿਹੜਾ ਸਮਾਂ ਮੰਨ ਲਿਓ, ਠੀਕ ਆ ਜੀ। ਕਿਸੇ ਵੀਰ ਨੇ 2 ਮਹੀਨੇ, 2.5 ਮਹੀਨੇ, 3 ਮਹੀਨੇ, ਕਿਉਂਕਿ ਬਿਨ ਬੱਚੇ ਤੋਂ ਆ, ਕੋਈ ਐਸਟੀਮੇਟ ਹੀ ਹੁੰਦਾ ਵੀ ਚਲੋ ਦੁੱਧ 11 ਲੀਟਰ ਚਵਾਰੀ ਆ, ਤੇ ਐਸਟੀਮੇਟ ਨਾਲ ਕੋਈ ਵੀਰ ਆਪਦੀ ਤੁਸੀਂ ਖਰੀਦਦਾਰੀ ਕਰ ਲਿਓ, ਠੀਕ ਆ। ਇਹ ਨਾ ਕਿ ਕੋਈ ਭਰਾ ਅੰਦਰੇ ਮਿਲਦੀ ਆ, ਇੱਥੇ ਵੀ ਜਿੱਥੇ ਮਰਜ਼ੀ ਕੋਈ ਬਹਿ ਜੇ, ਹਾਂ ਜਿੱਦਾਂ ਮਰਜ਼ੀ ਸੀਲ ਸਲਾ ਗਿਆ, ਕੋਈ ਭੈਣ ਭਰਾ ਜਿਵੇਂ ਮਰਜ਼ੀ ਚ ਹੋਵੇ। ਲੈ ਵੀ ਉਹ ਨਾ ਅੰਦਰ ਬੱਜੀ ਬੱਜੀ ਰਹਿੰਦੇ ਡੰਗਰ ਲੋਕਾਂ ਦਾ ਸਮੇਂ, ਤੁਹਾਨੂੰ ਪਤਾ ਅੱਜ ਕੱਲ ਹੋ ਗਿਆ ਵੀ ਉੱਥੇ ਪੱਠੇ ਪਾ ਦਿੰਦੇ ਲੋਕ, ਕਈ ਲੰਮਾ ਤੋੜਦੇ ਆ, ਉੱਥੇ ਪੱਠਾ ਵੰਡ ਪਾ ਦਿੰਦੇ ਆ। ਆ ਦੇਖੋ ਜੀ, ਠੀਕ ਆ, ਥਣ ਥੁਣ ਜਿਹੜਾ ਭਰਾਵੋ ਲੰਮਾ ਪੂਰਾ ਥਣ, ਹੱਥੀ ਚਵਾਈ ਦਾ ਥਣ, ਰੁਕ ਰੁਕ ਦਾ ਥਣ, ਤੇ ਦੁੱਧ 11 ਲੀਟਰ ਚਿੱਟਾ ਦੁੱਧ ਬਿਲਕੁਲ, ਠੀਕ ਆ, ਮੱਝਾਂ ਦੇ ਬਰਾਬਰੀ ਕਰਦਾ ਦੁੱਧ ਦੱਸਣ ਡਿਆ ਘੁੰਡਾ, ਤੇ ਆ ਦੇਖੋ ਥਾਣੇ ਜੇ ਪਸਮ ਕੇ ਹੋਰ ਲੰਮਾ ਕਰ ਜਾਂਦੀ ਹੈ। ਲੈ ਵੀ ਇਸੇ ਤਰ੍ਹਾਂ ਹੀ ਬਹਿਣਾ, ਕਿਸੇ ਵੀਰ ਨੇ ਪਹਾੜਾ ਨਹੀਂ, ਕੋਈ ਨਿਆਣਾ ਨਹੀਂ, ਕੋਈ ਰੱਸੀ ਨਹੀਂ, ਠੀਕ ਆ ਜੀ, ਇਸੇ ਤਰ੍ਹਾਂ ਬਹਿ ਕੇ ਚਵਾਈ ਕਰ ਲੈਣੀ ਆ ਤੁਸੀਂ। ਲੈ ਵੀ ਘੁੱਲੇ ਵੀਰ ਬੰਨ ਲਈ ਲੈ ਚੱਲ ਗਏ, ਠੀਕ ਆ। ਹਾਈਟ ਮੀਡੀਅਮ ਦੇ ਵਿੱਚ ਆ, ਰੰਗ ਪ੍ਰਿੰਟ ਜਿਹੜਾ ਦੋਸਤੋ ਵਾਈਟ ਰੰਗ ਵਧੇਰੇ ਆ, ਕੁਝ ਕੁ ਸਪੋਟ ਜਿਹੜੇ ਬਲੈਕ ਉੱਪਰ ਹੈਗੇ ਆ ਸਕਿਨ ਦੇ, ਠੀਕ ਆ। ਆ ਲਓ ਬਾਕੀ ਆ ਵੇਖੋ, ਨਾੜ ਨੂੜ ਕਿੱਡੀ ਮੋਟੀ ਲੱਗੀ ਆ, ਦੁੱਧ ਵਾਲੀ ਆ ਵੇਖੋ ਗਾਣ, ਐ ਨਾੜਾਂ ਨੂੜਾਂ ਮੋਟੀਆਂ ਵੇਖੋ, ਚੱਡੇ ਦੇ ਮਿਲਖ ਵੇਨ। ਠੀਕ ਆ, ਲੈ ਵੀ ਕੁੱਲੇ ਦਾ ਮੁੱਲ ਵੀ ਦੱਸ ਦੇ ਕੀ ਕਰਦਾ। ਮੁੱਲ ਵੀ ਦੀ ਵੇਚਣੋਂ ਜੇ ਦਿੰਦਾ ਬੱਚਾ ਸੱਜਰ ਹੁੰਦੀ, ਭਾਵੇਂ 40-45 ਦੀ ਵੱਛੀ ਵੇਚ ਜਾਂਦੀ ਗਾਂ। ਆਹ ਅੱਜ ਦੇ ਸਮੇਂ 'ਚ ਆਪਾਂ ਮੁੱਲ ਕੋਈ ਜ਼ਿਆਦਾ ਵੱਡਾ ਨਹੀਂ ਕਰਨਾ, 5000 ਦਾ ਦੇ ਲਈ। 5000, ਹਾਂ ਉਹ 'ਚ ਛੋਟ ਛੱਪਾ ਕਰ ਦਾਂਗੇ। ਲਓ ਵੀ 5000 ਦੇ ਵਿੱਚ ਭਰਾਵੋ ਇਹ ਤੁਹਾਨੂੰ ਗਾਂ ਮਿਲ ਜੂਗੀ, ਦੁੱਧ 11 ਕਿਲੋ। ਇੱਕ ਵਾਰੀ ਫੇਰ ਆਪਾਂ ਰਿਪੀਟ ਕਰ ਦਿੰਦੇ ਹਾਂ, ਠੀਕ ਆ ਜੀ, ਦੁੱਧ ਕਰਮ ਵਾਲੀਆਂ ਸੋਹਣਾ ਚਵਾਈ ਜਾਣਾ, ਜਿਵੇਂ ਅੱਗੇ ਬਿਲਕੁਲ ਸੀਜ਼ਨ ਦੇ ਹਿਸਾਬ ਨਾਲ ਵੇਖੀਏ, ਤੇ ਕੰਮ ਕਾਜ ਵਾਲਾ ਸੀਜ਼ਨ। ਕਾਰਨ ਇਹਦਾ ਵੀ ਵੀਜੀ ਹੁਣ ਪੱਠੇ ਹੋਏ ਖਰਾਬ ਖਰੂਬ, ਹੁਣ ਗਾੜੀ ਗਾਚੇ ਗੁੱਚੇ ਹੋ ਜਾਣੇ, 10-15-20 ਦਿਨਾਂ ਦੇ ਵਿੱਚ ਪੱਠੇ ਚੱਲ ਪਏ, ਦੁੱਧ ਇਹਨਾਂ ਦੇ ਆਰਾਮ ਨਾਲ ਦਿੱਤੀ ਜਾਂਦੀ ਆ, ਕੱਦ ਦੇ ਹਿਸਾਬ ਨਾਲ ਬੜਾ ਦੁੱਧ 10 ਕਿਲੋ ਵੀ ਦਿੱਤੇ ਜਾਵੇ। ਸਹੀ ਹੈ, ਸਹੀ ਹੈ, ਹਾਂਜੀ, ਮੁੱਲ ਦੇ ਹਿਸਾਬ ਨਾਲ। ਲਓ ਜੀ, ਮੁੱਲ ਗਰਮੀ ਆ ਗਈ ਆ, ਕਿਉਂਕਿ 10 ਕਿਲੋ ਦੁੱਧ ਥੋੜਾ ਨਹੀਂ ਤਾਂ ਬਹੁਤ ਦੁੱਧ ਆ, ਡੰਗਰ ਦੇ ਕੱਦ ਦੇ ਹਿਸਾਬ ਨਾਲ ਦੁੱਧ ਦੇਣਾ ਡੰਗਰ ਨੇ। ਬਿਲਕੁਲ, ਹਾਂਜੀ ਹਾਂਜੀ। ਲਓ ਵੀ ਇਹ ਦੋਸਤੋ ਵੈਰ ਸੀ ਕਿ 25000 ਦੇ ਵਿੱਚ ਮਿਲ ਜੂਗੀ 11 ਕਿਲੋ ਦੁੱਧ, ਤੇ ਇਧਰ ਤਾਂ ਭਰਾ ਫੋਨ ਲਾਵੇ ਛੋਟ ਛੱਪਾ ਹੋ ਜਾਊਗਾ। ਠੀਕ ਹੈ ਜੀ, ਠੀਕ ਹੈ। ਤੇ ਇਧਰਲੇ ਪਾਸੇ ਇੱਕ ਪੰਨੇ ਤੁਹਾਨੂੰ 2 ਝੋਟੀਆਂ ਦਿਖਾਤੀਆਂ, ਦੂਜੇ ਸੂਬੇ ਦੇ ਵਿੱਚ, ਠੀਕ ਹੈ ਜੀ। ਸੋ ਡਿਟੇਲ ਪੂਰਾ ਰਿਕਾਰਡ ਤੁਹਾਨੂੰ ਮਿਲ ਗਿਆ ਦੋਸਤੋ, ਨੰਬਰ ਆਪਾਂ ਸਕਰੀਨ ਤੇ ਚੱਲਦੇ ਕਰ ਦਿੰਦੇ ਆ, ਤੇ ਘੁੱਲੇ ਨੰਬਰ ਬੋਲ ਲਈਏ, ਨੰਬਰ ਆਪਣਾ ਵਿਧੀਆ 88712814 ਪਿੰਡ ਐਮਕਲਾ। ਠੀਕ ਹੈ ਜੀ, ਹਾਂਜੀ। ਤਾਂ ਦੋਸਤੋ ਪਿੰਡ ਐਮਕਲਾ ਤੁਸੀਂ ਵਿਜ਼ਿਟ ਕਰਨੀ ਹੈ, ਨੇੜੇ ਝਬਾਲ ਆ, ਝਬਾਲ ਏਰੀਆ, ਠੀਕ ਹੈ ਜੀ, ਤੇ ਬੀੜ ਬਾਬਾ ਬੁੱਢਾ ਸਾਹਿਬ ਗੁਰਦੁਆਰਾ ਸਾਹਿਬ ਥੋੜੀ ਦੂਰੀ ਤੇ ਆ ਇਸ ਪਿੰਡ ਤੋਂ। ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ।